Master! Laughter the Master, Season 3. And is din aari shuru kar rahe hain pehla round. Aur sab to pehla main manch te sada de rahi hain. Sade pehle finalist Saheb Singh. Zordaar taaliyan. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਠੰਡ ਠੁੰਡ ਤਾਂ ਨਹੀਂ ਲੱਗਣ ਦੀ ਉਹ ਠੰਡ ਦਾ ਇੱਕ ਫਾਇਦਾ ਬੜਾ ਜੇ ਪੁੱਛੋ ਕੀ ਗਰਮੀ ਨਹੀਂ ਲੱਗਦੀ ਹੈਗੀ ਪਰ ਇੱਕ ਨੁਕਸਾਨ ਵੀ ਬੜਾ ਜੇ ਉਹ ਪੁੱਛੋ ਕੀ ਠੰਡ ਬਹੁਤ ਲੱਗਦੀ ਆ ਸੱਤੀ ਮੈਡਮ ਸੱਤੀ ਮੈਡਮ ਗਾਣਾ ਗਾ ਕੇ ਗਏ ਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਉਹ ਬੰਦਾ ਖਲੋ ਕੇ ਫੋਟੋ ਖਿਚਾਵੇ ਨੱਚਦੀ ਦੀ ਫੋਟੋ ਉਦਾਂ ਹਿਲਦੀ ਹੁਲਦੀ ਆ ਜਾਣੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਸਾਡੇ ਜੱਜਸ ਬਾਰੇ ਆਹਾ ਬਿੰਦੂ ਭਾਜੀ ਢਿੱਲੋ ਭਾਜੀ ਥੋੜ੍ਹਾ ਜਿਹਾ ਹਿੱਲੋ ਭਾਜੀ ਹਾਏ 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 ਸਾਡੇ ਉਪਾਸਨਾ ਮੈਡਮ ਮੈਡਮ ਪਛਾਣਿਆ ਮੈਨੂੰ ਮੈਡਮ ਕੀ ਨਾਂ ਮੇਰਾ ਫੁੱਫੜ ਲੋ ਉਹ ਮੇਰੀ ਗੱਲ ਬਣ ਗਈ ਜੇ ਮੇਰੀ ਗੱਲ ਬਣ ਗਈ ਜੇ ਮੈਨੂੰ ਫੁੱਫੜ ਕਹਿਤਾ ਜੇ ਮੈਡਮ ਫਿਰ ਮੇਰਾ ਨਾਂ ਤੇ ਦੱਸ ਦੋ ਸਾਹਿਬ ਹਾਏ ਮੈਡਮ ਦੇ ਮੂੰਹ ਕਿੱਡਾ ਸੋਹਣਾ ਲੱਗਦਾ ਜੀ ਸੋ ਉਪਾਸਨਾ ਮੈਡਮ ਉਪਾਸਨਾ ਮੈਡਮ ਤੁਹਾਡੇ ਨਾਲ ਤਾਂ ਮੇਰੀ ਕੱਟੀ ਜੇ ਕਿਉਂ ਮੈਡਮ ਸਾਰਿਆਂ ਨੂੰ ਤੁਸੀਂ ਕਹਿੰਦੇ ਜੀ ਸਾਹਿਬ ਮੇਰਾ ਫੇਵਰੇਟ ਕੰਟੈਸਟੈਂਟ ਹੈਗਾ ਤੇ ਫਿਰ ਸ਼ੋਅ ਛੱਡ ਕੇ ਕੱਲ੍ਹ ਹੀ ਚੱਲ ਗਏ ਮੈਂ ਕੀ ਕਰਾਂ PTC ਵਾਲੇ ਇੱਕ ਫਿਲਮ ਬਣਾ ਰਹੇ ਸੀ ਜਿਹਦਾ ਨਾਮ ਹੈ ਡਿਸਕੋ ਸਿੰਘ ਉਹਨਾਂ ਨੇ ਕਿਹਾ ਪਹਿਲਾਂ ਡਿਸਕੋ ਸਿੰਘ ਕਰਨੀ ਪਏਗੀ ਫਿਰ ਲਾਫਟਰ ਦਾ ਮਾਸਟਰ ਕਰਨਾ ਪਏਗਾ ਹੁਣ ਫਿਲਮ ਵੀ ਉਹਨਾਂ ਦੀ ਸੀ ਤੁਸੀਂ ਵੀ ਤੁਸੀਂ ਤਾਂ ਖੈਰ ਮੈਂ ਹੀ ਚੁਣੇ ਸੀ ਤੁਹਾਨੂੰ ਯਾਦ ਹੈ ਨਾ ਮੈਡਮ ਵਾਸਤੇ ਜ਼ੋਰਦਾਰ ਤਾੜੀਆਂ ਮੈਡਮ ਡਿਸਕੋ ਵਿੱਚ ਬਿਜ਼ੀ ਹੋ ਗਏ ਤੇ ਮੈਨੂੰ ਉਦਾਂ ਹੀ ਛੱਡ ਗਏ ਚਲੋ ਮੈਂ ਇੱਕ ਗੱਲ ਕਹਿੰਦੀ ਸਾਰਿਆਂ ਨੂੰ ਪਤਾ ਨਾ ਸਾਡੇ ਉਪਾਸਨਾ ਮੈਡਮ ਜਾਣੀ ਕਿ ਤੁਹਾਡੇ ਭੂਆ ਜੀ ਇਹਨਾਂ ਦਾ ਵਿਆਹ ਨਹੀਂ ਹੋ ਰਿਹਾ ਮੈਂ ਅੱਜ ਇੱਕ ਗੱਲ ਦਾ ਪ੍ਰੋਮਿਸ ਕਰਦਾ ਜੇ ਮੈਂ ਅੱਜ ਵਿਨਰ ਬਣ ਗਿਆ ਨਾ ਤਾਂ ਮੇਰੇ ਵੱਲੋਂ ਡਨ ਜੇ ਹਾਏ ਹਾਏ ਮਰ ਜਾ ਹਾਏ ਹਾਏ ਚੰਦਰ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਤੁਹਾਡੇ ਨਾਲ ਤਾਂ ਗੱਲ ਨਹੀਂ ਕਰਨੀ ਤੁਸੀਂ ਤਾਂ ਦਬਕੇ ਬੜੇ ਮਾਰੇ ਰਾਤੀਂ ਤਾਂ ਮੈਨੂੰ ਤਾਂ ਡਰ ਬੜਾ ਲੱਗਣ ਡਿਆ ਤੁਹਾਡੇ ਕੋਲ ਹਾਏ ਹਾਏ ਹੁਣ ਗੱਲ ਕਰਦੇ ਹਾਂ ਸਾਡੇ ਉਹ ਯਸ ਇੱਥੇ ਕੀ ਕਰ ਰਿਹਾ ਏ ਗੁੱਡੀ ਲੁੱਟਣ ਡਿਆ ਕਿੱਥੇ ਆਈ ਉਹ ਜ਼ੋਰਦਾਰ ਤਾੜੀਆਂ ਇੱਕ ਵਾਰੀ ਗੁਰਪ੍ਰੀਤ ਘੁੱਗੀ ਭਾਜੀ ਵਾਸਤੇ ਉਹ ਕੁੜੀਆਂ ਦੀ ਗੱਲ ਕਰਨ ਲੱਗਾ ਮੈਂ ਕੁੜੀਆਂ ਦੀ ਅੱਛਾ ਜਿਹੜੀਆਂ ਕੁੜੀਆਂ ਦੀ ਫਰੈਂਡਸ਼ਿਪ ਕਿਤੇ ਨਹੀਂ ਨਾ ਹੁੰਦੀ ਉਹਨਾਂ ਦੇ ਵਿਚਾਰ ਬੜੇ ਉੱਚੇ ਉੱਚੇ ਹੁੰਦੇ ਆ ਬਹਿ ਜਾਓ ਤੁਹਾਡੀਆਂ ਸਾਰੀਆਂ ਦੀ ਹੈਗੀ ਆ ਅੱਛਾ ਜਿਨ੍ਹਾਂ ਦੀ ਫਰੈਂਡਸ਼ਿਪ ਨਹੀਂ ਨਾ ਹੁੰਦੀ ਉਹਨਾਂ ਦੇ ਵਿਚਾਰ ਕਿੱਦਾਂ ਦੇ ਹੁੰਦੇ ਆ ਐਕਚੁਅਲੀ ਮੇਰੇ ਮੰਮੀ ਪਾਪਾ ਹੀ ਮੇਰੇ ਲਈ ਸਭ ਕੁਛ ਹੈ ਮੇਰੇ ਭਾਈ ਭੈਣ ਹੀ ਮੇਰੇ ਲਈ ਸਭ ਕੁਛ ਹੈ ਸਾਰਾ ਕੁਛ ਮੇਰੇ ਭਾਈ ਭੈਣ ਮੈਂ ਕਿਸੇ ਕੇ ਲਈ ਆਪਣੀ ਭਾਈ ਭੈਣ ਕੋ ਨਹੀਂ ਛੋੜ ਸਕਤੀ ਇਨ ਲੜਕੋ ਕੇ ਚੱਕਰ ਮੇ ਤੋ ਪੜਨਾ ਹੀ ਨਹੀਂ ਚਾਹੀਏ ਇਤਨੀ ਫਲਰਟੀ ਹੋਤੇ ਨਾ ਸਟੂਪਿਡ ਬਦਤਮੀਜ਼ ਅੱਛਾ ਭਾਜੀ ਜੇ ਉਸੇ ਕੁੜੀ ਦੀ ਫਰੈਂਡਸ਼ਿਪ ਹੋ ਜਾਏ ਨਾ ਉਹਦੇ ਵਿਚਾਰ ਹੀ ਬਦਲ ਜਾਂਦੇ ਆ ਉਹ ਕੀ ਕਹਿਣ ਦੀ ਹੁੰਦੀ ਹਾਏ ਆਪ ਮੈਂ ਸਲਿੰਦਰ ਔਰ ਬਹਾਦਰ ਕੇ ਬਿਨਾਂ ਨਹੀਂ ਰਹਿ ਸਕਤੀ ਉਹ ਮੇਰੇ ਯਾਰ ਵੀ ਬੈਠੇ ਇੱਥੇ ਹੀ ਉਹ ਫਿਰ ਇੱਕ ਜਾਣਿਆਂ ਦੇ ਨਹੀਂ ਦੋ ਦੋ ਜਾਣਿਆਂ ਦੇ ਨਾਂ ਲੈਂਦੀ ਹੁੰਦੀ ਆ ਉਹ ਤੋਂ ਬਾਅਦ ਕਹਿਣ ਦੀ ਅਗਰ ਮੁੰਜੇ ਸਲਿੰਦਰ ਕੇ ਲਈ ਆਪਣੀ ਭਾਈ ਭੈਣ ਕੋਈ ਵੀ ਛੋੜਨਾ ਪੜਾ ਤਾਂ ਛੋੜ ਦੂੰਗੀ ਅੱਛਾ ਜੇ ਉਹਦੀ ਸਹੇਲੀ ਕਹਿ ਦੇ ਜੇ ਤੇਰੇ ਘਰ ਵਾਲੇ ਨਾ ਮੰਨੇ ਤਾਂ ਫਿਰ ਕੀ ਮੈਂ ਸਲਿੰਦਰ ਦੇ ਨਾਲ ਨਾ ਭੱਜ ਜਾਣਾ ਹੈਗਾ ਜੀ ਸਾਡਾ ਇੱਕ ਕੰਟੈਸਟੈਂਟ ਹੈਗਾ ਰਾਜੀਵ ਗੋਲਡੀ ਮੇਰੇ ਕੋਲ ਇੰਨੀ ਬੇਇੱਜ਼ਤੀ ਕਰਾਉਂਦਾ ਨਾ ਅੱਜ ਵੀ ਉਹਦੀ ਮੈਂ ਕਰਨੀ ਉਹਨੇ ਮੇਰੀ ਕਰਨੀ ਤੇ ਮੈਂ ਉਹਦੀ ਕਰੀ ਜਾਣੀ ਆ ਉਹ ਭਾਜੀ ਤੁਹਾਨੂੰ ਪਤਾ ਅੱਜ ਕੱਲ੍ਹ ਰਿਸ਼ਤਿਆਂ ਦੀ ਬੜੀ ਟੁੱਟ ਭੱਜ ਹੋਣ ਡੀ ਆ ਕਿਉਂਕਿ ਭਾਜੀ ਹਰ ਬੰਦਾ ਚਾਹੁੰਦਾ ਇੱਦਾਂ ਦੀ ਜਨਾਨੀ ਮਿਲੇ ਉਪਾਸਨਾ ਮੈਡਮ ਜਿਹੜੀ ਮੇਰੀ ਮਤਲਬ ਲਾਈਫ ਦੇ ਵਿੱਚ ਨਾ ਮੇਰੀ ਸੁਧਾਰ ਕਰਦੇ ਚੰਗੀ ਮਿਲੇ ਅੰਡਰਸਟੈਂਡਿੰਗ ਵਾਲੀ ਮਿਲੇ ਰਾਜੀਵ ਗੋਲਡੀ ਵੀ ਇੱਕ ਕੁੜੀ ਨੂੰ ਕਹਿਣ ਡਿਆ ਕਹਿੰਦਾ ਆਪਾਂ ਦੋਵੇਂ ਜਾਣੇ 2-3 ਸਾਲ ਇੱਕ ਦੂਜੇ ਨੂੰ ਮਿਲਦੇ ਹਾਂ ਜੇ ਸਾਡੇ ਵਿਚਾਰ ਮਿਲ ਗਏ ਤਾਂ ਠੀਕ ਆ ਜੇ ਸਾਡੇ ਕੋਈ ਗਲਤੀ ਹੋ ਜਾਈ ਤਾਂ ਅਸੀਂ ਵੱਖਰੋ ਵੱਖਰੇ ਰਹਿਣਾ ਸ਼ੁਰੂ ਕਰ ਦਾਂਗੇ ਤੇ ਕੁੜੀ ਅੱਗੋਂ ਬੜੀ ਢੀਠ ਕਹਿੰਦੀ ਉਹ ਤੇ ਠੀਕ ਆ ਮਾਜਣਾ ਜਿਹੜੀ ਗਲਤੀ ਹੋਣੀ ਉਹ ਕੌਣ ਰੱਖੂਗਾ ਇਹ ਤੇ ਹੋ ਗਈਆਂ ਨਿੱਕੀਆਂ ਮੋਟੀਆਂ ਗੱਲਾਂ ਬਿੰਦੂ ਭਾਜੀ ਢਿੱਲੋ ਭਾਜੀ ਤੇ ਤੁਹਾਨੂੰ ਬਾਕੀ ਸਾਰਿਆਂ ਨੂੰ ਪਤਾ ਹੋਣਾ ਮੇਰੇ
ਮਾਸੜ ਜੀ ਦਾ ਤਾੜੀਆਂ ਮਾਰ ਦੋ ਮਾਸੜ ਜੀ ਦੇ ਨਾਂ ਦੇ। ਅੱਛਾ ਉਪਾਸਨਾ ਮੈਮ ਅਤੇ ਕੁੱਗੀ ਭਾਅ ਜੀ, ਮੇਰੇ ਇੱਕ ਮਾਸੜ ਜੀ, ਉਹਨਾਂ ਨੂੰ ਫਿਜ਼ੀਕਲੀ ਪ੍ਰੋਬਲਮ ਆ ਜਾਂਦੀ, ਉਹ ਗੱਲ ਗੱਲ 'ਤੇ ਇੱਦਾਂ ਕਰਦੇ, ਹਕਲਾਉਂਦੇ ਨਾਲ ਗੱਲ ਗੱਲ 'ਤੇ ਇੱਦਾਂ ਕਰਦੇ। ਸੋ ਭਾਅ ਜੀ ਤੁਹਾਨੂੰ ਵੀ ਉਹਨਾਂ ਨਾਲ ਬੁਲਾਉਣਾ ਅਤੇ ਉਪਾਸਨਾ ਮੈਡਮ ਤੁਹਾਨੂੰ ਤਾਂ ਨਹੀਂ ਉਹਨਾਂ ਨਾਲ ਬੁਲਾਉਣਾ। ਸੋ ਭਾਅ ਜੀ ਨਹੀਂ ਮੈਡਮ, ਬੜੇ ਖਤਰਨਾਕ ਹੈਗੇ ਆ। ਅੱਛਾ ਭਾਵੇਂ ਮੈਂ ਆਪਣੇ ਬਿੰਦੂ ਭਾਅ ਜੀ ਮਾਸੜ ਜੀ ਦੀ ਬਹੁਤ ਬੁਰਾਈ ਕਰਦਾ ਨਾ, ਪਰ ਮੈਨੂੰ ਬੜਾ ਕੋਪਰੇਟ ਕੀਤਾ ਉਹਨਾਂ ਨੇ। ਉਹਨਾਂ ਨੇ ਸਾਰੇ ਪਿੰਡ ਵਾਲਿਆਂ ਨੂੰ ਕਿਹਾ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਨਾ ਸਾਹਿਬ ਨੂੰ ਸਪੋਰਟ ਕਰਨਾ, ਉਹਨੂੰ ਖਾਲਸਾ ਕਾਲਜ ਜਾ ਕੇ ਨਾ ਆਪਾਂ ਸਾਰਿਆਂ ਬੰਦਿਆਂ ਬੁੜੀਆਂ ਨੇ ਮਿਲ ਕੇ ਨਾ ਸਪੋਰਟ ਕਰਨਾ ਹੈਗਾ। ਸੋ ਭਾਅ ਜੀ ਮੈਂ ਗੱਲ ਕਰਨ ਲੱਗਾ ਫਿਲਮਾਂ ਦੀ, ਪਹਿਲੀਆਂ ਫਿਲਮਾਂ ਅਤੇ ਅੱਜ ਦੀਆਂ ਫਿਲਮਾਂ। ਬਿੰਦੂ ਭਾਅ ਜੀ ਵੀ ਫਿਲਮਾਂ ਬੜੇ ਤਰ੍ਹਾਂ ਦੀਆਂ ਹੁੰਦੀਆਂ, ਹਿੰਦੀ, ਇੰਗਲਿਸ਼। ਇੰਗਲਿਸ਼ 'ਤੇ ਬਿੰਦੂ ਭਾਅ ਜੀ ਕਿਤਾ ਖੁਸ਼ ਹੋਣ ਡੇ ਜੀ। ਭਾਅ ਜੀ ਪਹਿਲੀਆਂ ਫਿਲਮਾਂ ਅਤੇ ਅੱਜ ਦੀਆਂ ਫਿਲਮਾਂ 'ਚ ਬੜਾ ਫਰਕ ਹੈਗਾ। ਅੱਜ ਦੀਆਂ ਫਿਲਮਾਂ ਦੀ ਪ੍ਰਮੋਸ਼ਨ ਬੜੀ ਕਰਨੀ ਪੈਂਦੀ, ਫਿਲਮ ਫਿਰ ਵੀ ਫਲੋਪ ਹੋ ਜਾਂਦੀ ਜੀ। ਪਹਿਲੀਆਂ ਫਿਲਮਾਂ ਦੀ ਕੋਈ ਪ੍ਰਮੋਸ਼ਨ ਨਹੀਂ ਕਰਨੀ ਪੈਂਦੀ, ਇੱਕ ਬੰਦਾ ਫਿਲਮ ਵੇਖ ਲੈਂਦਾ ਹੁੰਦਾ ਸੀ, ਸਾਰੇ ਪਿੰਡ ਨੂੰ ਸਟੋਰੀ ਸੁਣਾ ਦਿੰਦਾ ਹੁੰਦਾ ਸੀ ਅਤੇ ਸਟੋਰੀ ਵੀ ਇੱਦਾਂ ਸੁਣਾਉਣ ਡਿਆ ਹੁੰਦਾ ਸੀ, ਕਹਿੰਦਾ ਯਾਰ ਜਦੋਂ ਗੁੱਗੂ ਗਿੱਲ ਨੇ ਉਹਦੇ ਡਾਕੂ 'ਤੇ ਗਡਾਸਾ ਮਾਰਿਆ, ਉਹਦੇ ਬਾਅਦ 'ਚ ਕੀ ਹੋਇਆ, ਕਹਿੰਦਾ ਪਤਾ ਨਹੀਂ ਸਾਲਿਆ, ਉਦੋਂ ਬੱਤੀ ਬੰਦ ਹੋ ਗਈ। ਅੱਛਾ ਭਾਅ ਜੀ ਜਿਹੜੀਆਂ ਪਹਿਲੀਆਂ ਫਿਲਮਾਂ ਸੀ ਨਾ, ਉਹ 'ਚ ਹੀਰੋ ਦੀ ਐਂਟਰੀ ਬੜੀ ਜ਼ਬਰਦਸਤ ਹੁੰਦੀ ਸੀ। ਹੀਰੋ 20 ਸਾਲ ਬਾਅਦ ਜੇਲ੍ਹ ਤੋਂ ਬਾਅਦ ਆਉਂਦਾ ਹੁੰਦਾ ਸੀ, ਜਦੋਂ ਪਹਿਲੀਆਂ ਫਿਲਮਾਂ ਜੇਲ੍ਹਾਂ ਬੜੀਆਂ ਹੁੰਦੀਆਂ ਸੀ, ਜੇਲ੍ਹ 'ਚੋਂ ਛੁੱਟ ਕੇ ਆਉਂਦਾ ਹੁੰਦਾ ਸੀ, ਆਉਂਦਿਆਂ ਆਪਣੀ ਮਾਂ ਨੂੰ ਕਹਿੰਦਾ ਹੁੰਦਾ ਸੀ, ਮਾਂ ਪੈਰੀ ਪਹਿਨਾ, ਮਾਂ ਉਹਨੂੰ ਆਸ਼ੀਰਵਾਦ ਨਹੀਂ ਦਿੰਦੀ, ਸੰਦੂਕ ਖੋਲ੍ਹਦੀ ਉਹ 'ਚੋਂ ਕੁੱਜਾ ਕੱਢ ਕੇ ਦਿਖਾ ਦਿੰਦੀ ਹੁੰਦੀ। ਪੁੱਤ ਕਹਿੰਦਾ ਹੁੰਦਾ ਇਹ ਕੀ, ਇਹ ਮਰ ਜਾਣਾ ਤੇਰੇ ਪਿਓ ਦੇ ਫੁੱਲ ਹੈਗੇ ਆ, ਉਹ ਵੀ ਅੱਗੋਂ ਕਹਿਣ ਹੁੰਦਾ ਇਹ ਅਜੇ ਤੱਕ ਤਾਰੇ ਨਹੀਂ, ਇਹਨਾਂ 'ਤੇ ਉੱਲੀ ਲੱਗੀ ਹੋਣੀ ਆ, ਕਹਿੰਦੀ ਦੁਰ ਫਿੜੇ ਮੂੰਹ ਮਰ ਜਾਣਾ, ਇਹ ਮੈਂ ਤੈਨੂੰ ਤਾਤ ਦਿਖਾਉਣ ਲਈ ਰੱਖਿਆ, ਤੇਰੇ ਪਿਓ ਦਾ ਕਤਲ ਜਗੀਰੇ ਨੇ ਕੀਤਾ ਸੀ, ਉਹ ਵੀ ਅੱਗੋਂ ਕਰਦਾ ਟੈਂ ਟਾ ਟੈਂ, ਉਹ ਗਡਾਸਾ ਲੈ ਕੇ ਮਾਂ ਨੂੰ ਮਾਰਨ ਆਉਂਦਾ ਸੀ, ਮਾਂ ਕੋ ਡਾਕੂ ਨੂੰ ਮਾਰ ਜਾਂਦਾ ਸੀ, ਮਾਂ ਅੱਗੇ ਹੋ ਜਾਂਦੀ, ਨਾ ਵੇ ਪੁੱਤ ਇੱਦਾਂ ਨਾ ਕਰੀ, ਲੜਾਈਆਂ 'ਚ ਕੁਝ ਨਹੀਂ ਰੱਖਿਆ। ਵੀ ਬੰਦਾ ਪੁੱਛੇ ਜੇ ਲੜਾਈਆਂ 'ਚ ਕੁਝ ਨਹੀਂ ਰੱਖਿਆ, ਪਹਿਲਾਂ ਉਹਨੂੰ ਕੁੱਜਾ ਕੱਲ ਹੀ ਦਿਖਾਇਆ ਸੀ। ਅੱਛਾ ਭਾਅ ਜੀ ਪਹਿਲੀਆਂ ਫਿਲਮਾਂ ਦੇ ਵਿੱਚ ਹੀਰੋਇਨ ਦੀ ਜਦੋਂ ਇੱਜ਼ਤ ਖਤਰੇ 'ਚ ਹੁੰਦੀ ਨਾ, ਉਪਾਸਨਾ ਮੈਡਮ ਤੁਹਾਨੂੰ ਤਾਂ ਪਤਾ ਹੋਣਾ, ਮੈਡਮ ਨਾਲ ਬਹੁਤ ਪੰਜਾਬੀਆਂ ਫਿਲਮਾਂ ਕੀਤੀਆਂ। ਮੈਂ ਗੱਲ ਕਰਨੀ ਜਿਹੜੀਆਂ ਪਹਿਲੀਆਂ ਪੰਜਾਬੀ ਫਿਲਮਾਂ ਜੀ ਨਾ, ਜਦੋਂ ਹੀਰੋਇਨ ਦੀ ਇੱਜ਼ਤ ਖਤਰੇ 'ਚ ਹੁੰਦੀ, ਖਤਰੇ 'ਚ ਨਹੀਂ ਹੁੰਦੀ, ਹੀਰੋ ਤਾਂ ਵੀ ਬੜੀ ਟੈਨਸ਼ਨ ਲੈ ਲੈਂਦਾ ਹੈ, ਹੀਰੋ ਦੀ ਐਂਟਰੀ ਕਿੱਦਾਂ ਹੁੰਦੀ, ਇੱਥੇ ਹੀਰੋਇਨ ਦੀ ਚੁੰਨੀ ਪਈ ਹੁੰਦੀ, ਚੁੰਨੀ ਚੁੱਕਦਾ ਹੁੰਦਾ ਹੈ, ਟੈਂ 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 ਮੇਰੀ ਚੁੰਨੀ ਦੀ ਇੱਜ਼ਤ ਖਤਰੇ 'ਚ, ਥੋੜ੍ਹਾ ਜਿਹਾ ਗਾਂਹ ਜਾਂਦਾ ਹੀਰੋਇਨ ਦਾ ਕਲਿੱਪ ਪਿਆ ਹੁੰਦਾ ਹੈ, ਕਲਿੱਪ ਚੁੱਕਦਾ ਹੁੰਦਾ ਹੈ, ਟੈਂ 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 ਆਹ ਕਲਿੱਪ 'ਤੇ ਚੰਨੀ ਨੂੰ ਮੈਂ ਮੇਲੇ ਤੋਂ ਲੈ ਕੇ ਦਿੱਤਾ ਹੈ। ਉਹ ਥੋੜ੍ਹੀ ਜਿਹੀ ਅੱਗੇ ਜਾਂਦਾ, ਅੱਗੇ ਜਾ ਕੇ ਹੀਰੋਇਨ ਦੀ ਜੁੱਤੀ ਪਈ ਆ, ਜੁੱਤੀ ਵੇਖ ਕੇ ਉਹਦਾ ਤਾਂ ਦਿਲ ਹੀ ਟੁੱਟ ਜਾਂਦਾ, ਡਾਟਾ ਹੀ ਨਿਕਲ ਜਾਂਦੀਆਂ, ਟੈਂ 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 ਇਹ ਮੇਰੀ ਚੰਨੀ ਦੀ ਜੁੱਤੀ ਆ, ਲੱਗਦਾ ਬੰਦੇ ਜ਼ਿਆਦਾ ਮਗਰ ਪਏ ਤਾਂ ਹੀ ਜੁੱਤੀ ਲਾ ਕੇ ਭੱਜ ਗਈ ਉਹ ਜੁੱਤੀ ਵੇਖ ਕੇ ਨਾਲ ਹੀ ਉਹਦੀ ਚੀਕ ਨਿਕਲਦੀ, ਚੰਨੀ ਹੈ ਤੂੰ ਕਿੱਥੇ ਆ, ਚੰਨੀ ਨਾਲ ਹੀ ਦੌੜ ਫਿੜੇ ਨੂੰ ਤੇਰਾ ਅੰਨਾ ਹੋ ਗਿਆ, ਗੋਹਾ ਪੱਥਣ ਡੀ ਆ। ਅੱਛਾ ਭਾਅ ਜੀ ਅੱਜ ਦੀਆਂ ਫਿਲਮਾਂ ਦੇ ਹੀਰੋਇਨ ਕਿੱਥੇ ਮਿਲਦੇ ਆ, ਪਾਰਕਾਂ ਦੇ ਵਿੱਚ, ਰੈਸਟੋਰੈਂਟਾਂ ਦੇ ਵਿੱਚ, ਅਤੇ ਪਹਿਲਾਂ ਹੀਰੋਇਨ ਕਿੱਥੇ ਮਿਲਦੇ ਸੀ, ਮੂਸਲ ਦੇ ਓਲੇ, ਪਰਾਲੀ ਦੇ ਓਲੇ, ਕਮਾਦ ਦੇ ਓਲੇ, ਜਾਂ ਪਾਥੀਆਂ ਦੇ ਘੀਰੇ ਦੇ ਓਲੇ। ਅੱਛਾ ਜਦੋਂ ਪਾਥੀਆਂ ਦੇ ਘੀਰੇ ਦੇ ਓਲੇ ਹੀਰੋ ਨੂੰ ਬੁਲਾਉਂਦਾ ਸੀ ਨਾ, ਨਾਲ ਟੋਕਰਾ ਲੈ ਜਾਂਦੀ ਸੀ, ਨਾਲੇ ਹੀਰੋ ਨੂੰ ਮਿਲ ਆਉਂਦੀ, ਨਾਲੇ ਆਉਂਦੀ ਆਉਂਦੀ ਟੋਕਰਾ ਪਾਥੀਆਂ ਦਾ ਭਰ ਕੇ ਲਿਆਉਂਦੀ। ਸੋ ਐਂਡ 'ਤੇ ਮੈਂ ਇੱਕ ਗੱਲ ਕਹੂੰਗਾ ਭਾਅ ਜੀ, ਸੀਜ਼ਨ 1 ਹੋਇਆ, ਸੀਜ਼ਨ 2 ਹੋਇਆ, ਜਿੰਨੇ ਕੰਟੈਸਟੈਂਟ ਆਉਂਦੇ ਸੀ ਪਿੱਛੋਂ ਇੱਦਾਂ ਐਂਟਰੀ ਕਰਦੇ ਸੀ, ਉਹ ਕੀ ਹਾਲ ਅੰਮ੍ਰਿਤਸਰ ਵਾਲਿਓ, ਵੀ ਬੰਦਾ ਪੁੱਛੇ ਬਾਕੀ ਜ਼ਿਲ੍ਹੇ ਪੰਜਾਬ 'ਚੋਂ ਬਾਹਰ ਚਲ ਗਏ ਆ। ਸੋ ਅੱਜ ਮੈਂ ਸਾਰੇ ਜ਼ਿਲ੍ਹਿਆਂ ਦੀ ਗੱਲ ਕਰਕੇ ਜਾਣੀ ਆ। ਕੁੱਗੀ ਭਾਅ ਜੀ ਗੌਰ ਕਰਨਾ, ਜਲੰਧਰ ਜਿੰਨੀ ਸ਼ਾਨ ਨਹੀਂ, ਜਲੰਧਰ ਜਿੰਨੀ ਸ਼ਾਨ ਨਹੀਂ, ਅੰਮ੍ਰਿਤਸਰ ਜਿੰਨਾ ਦਾਨ ਨਹੀਂ, ਜਲੰਧਰ ਜਿੰਨੀ ਸ਼ਾਨ ਨਹੀਂ, ਅੰਮ੍ਰਿਤਸਰ ਜਿੰਨਾ ਦਾਨ ਨਹੀਂ, ਫਿਰੋਜ਼ਪੁਰ ਵਰਗੀ ਧੁੱਪ ਨਹੀਂ ਅਤੇ ਹੁਸ਼ਿਆਰਪੁਰ ਜਿੰਨੇ ਰੁੱਖ ਨਹੀਂ। ਇਹ ਮੈਡਮ ਹੁਸ਼ਿਆਰਪੁਰ ਤੋਂ ਇਹਨਾਂ ਵਾਸਤੇ ਤਾੜੀਆਂ ਮਾਰੋ। ਬਠਿੰਡੇ ਜਿੰਨੀ ਬਦਮਾਸ਼ੀ ਨਹੀਂ, ਬਦਮਾਸ਼ੀ ਮਤਲਬ ਰਫਲਾ ਰੁਫਲਾ ਰੱਖਣ ਦੇ ਬੜੇ ਸ਼ੌਕੀ ਹੈਗੇ ਆ, ਬਠਿੰਡੇ ਜਿੰਨੀ ਬਦਮਾਸ਼ੀ ਨਹੀਂ, ਸੰਗਰੂਰ ਜਿੰਨੇ ਨਿਵਾਸੀ ਨਹੀਂ, ਉਹ ਲੁਧਿਆਣੇ ਜਿੰਨੇ ਬਿਹਾਰੀ ਨਹੀਂ, ਅਤੇ ਪਟਿਆਲੇ ਜਿੰਨੀ ਸਰਦਾਰੀ ਨਹੀਂ, ਸਫਾਈ ਨਹੀਂ, ਉਹ ਮੋਗੇ ਜਿੰਨੀ ਮਸ਼ੀਨ ਨਹੀਂ, ਤੇ ਮੁਕਤਸਰ ਜਿੰਨੀ ਜ਼ਮੀਨ ਨਹੀਂ, ਫਤਿਹਗੜ੍ਹ ਸਾਹਿਬ ਜਿੰਨਾ ਇਤਿਹਾਸ ਨਹੀਂ, ਫਤਿਹਗੜ੍ਹ ਸਾਹਿਬ ਦੇ ਨਾਂ ਤੇ ਇੱਕ ਵਾਰੀ ਤਾੜੀ ਮਾਰ ਦਿਓ। ਫਤਿਹਗੜ੍ਹ ਸਾਹਿਬ ਜਿੰਨਾ
ਇਤਿਹਾਸ ਨਹੀਂ।